ਸਤਿਗੁਰ ਜੀ ਅੱਜ ਇਹ ਸਾਰਿਆਂ ਨੂੰ ਸੁਣਦੇ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸ਼ੁਭਕਾਮਨਾਵਾਂ ਇੱਕ ਸਵਾਲ ਜੋ ਸਾਨੂੰ ਇਸ ਟਾਈਮ ਪੁੱਛਿਆ ਜਾ ਰਿਹਾ ਜੀ ਕਿ ਇਟਲੀ ਦੇ ਜਿਹੜੇ ਪੇਪਰ ਹੈ ਜਿਸ ਤਰ੍ਹਾਂ ਕਿ ਇਟਲੀ ਦਾ ਕਾਨੂੰਨ ਕਹਿ ਰਿਹਾ ਜੀ 31 12 2023 ਤੱਕ ਖੁੱਲੇ ਹੋਏ ਨੇ ਕੀ ਹੁਣ ਅਸੀਂ ਇਟਲੀ ਦੇ ਪੇਪਰ ਪ੍ਰਵਾਸ ਸਕਦੇ ਹਾਂ ਹਾਂ ਜੀ ਪੇਪਰ ਤੁਸੀਂ ਜ਼ਰੂਰ ਪ੍ਰਾ ਸਕਦੇ ਹੋ ਕਿਉਂਕਿ ਕਾਫੀ ਵੀਰਾਂ ਦੇ ਸਵਾਲਾ ਕਿ ਉਹਨਾਂ ਨੂੰ ਕਿਸੇ ਏਜੰਟ ਨੇ ਜਾਂ ਕਿਸੇ ਮਾਲਕ ਨੇ ਕਿਹਾ ਕਿ ਪੇਪਰ ਪ੍ਰਵਾਹ ਸਕਦੇ ਹੋ ਦੇਖੋ ਤੁਸੀਂ ਪੇਪਰ ਪ੍ਰਵਾਹ ਸਕਦੇ ਹੋ 31 ਦਸੰਬਰ ਤੱਕ ਪਰ ਹੁਣ ਜਿਹੜੇ ਪੇਪਰ ਜੇਕਰ ਤੁਸੀਂ ਭਰਦੇ ਆ ਸਬਮਿਟ ਕਰਕੇ ਭੇਜਦੇ ਆ ਆਪਣੀ ਫਾਈਲ ਕੰਪਲੀਟ ਕਰਕੇ ਉਹਨਾਂ ਦੇ ਨਿਕਣ ਦੇ ਜਿਹੜੇ ਚਾਂਸ ਆ ਤਕਰੀਬਨ ਲਗਭਗ 0 ਦੇ ਲੱਗ ਗਿਆ ਉਹ ਇਸ ਕਰਕੇ ਕਿਉਂਕਿ ਇਟਲੀ ਦੇ ਵਿੱਚ 27 ਮਾਰਚ ਨੂੰ ਸਵੇਰੇ 9 ਤੋਂ 10 ਪਹਿਲੇ 1 ਘੰਟੇ ਦੇ ਵਿੱਚ ਜਿੰਨਾ ਕੋਟਾ ਸੀਗਾ ਪੂਰਾ ਖਤਮ ਹੋ ਗਿਆ ਤੇ ਜਿੰਨੇ ਟੋਟਲ ਇਟਲੀ ਦੇ ਵਿੱਚ ਬੰਦੇ ਚਾਹੀਦੇ ਸੀ ਉਸ ਤੋਂ 2-3 ਗੁਣਾ ਜ਼ਿਆਦਾ ਬੰਦਿਆਂ ਨੇ ਪੇਪਰ ਅਪਲਾਈ ਕਰਤੇ ਇਸ ਕਰਕੇ ਜੇਕਰ ਤੁਸੀਂ ਆਪਣੀਆਂ ਫਾਈਲਾਂ ਤਿਆਰ ਕਰਕੇ ਰੱਖਣੀਆਂ ਚਾਹੁੰਦੇ ਹੋ ਕਿ ਜਿਸ ਟਾਈਮ ਅਗਲੀ ਵਾਰ ਜਿਹੜਾ ਪੇਪਰ ਸਰਕਾਰ ਨੇ ਖੋਲ੍ਹਣਾ ਉਹਦੇ ਵਿੱਚ ਤੁਹਾਨੂੰ ਪ੍ਰਾਇੋਰਟੀ ਮਿਲ ਜਾਏ ਫਿਰ ਇੱਕ ਵਧੀਆ ਗੱਲ ਆ ਪਰ ਫਿਰ ਵੀ ਜੇਕਰ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਤਾਂ ਉਸ ਏਰੀਆ ਦੇ ਵਿੱਚ ਕਰਿਓ ਜਿਸ ਏਰੀਆ ਦੇ ਵਿੱਚ ਬੰਦਿਆਂ ਦੇ ਪੇਪਰ ਘੱਟ ਪਰੇ ਹੋਣਗੇ ਬੈਰਗਮੋ ਦੇ ਵਿੱਚ ਇੱਕ ਬੰਦੇ ਨੂੰ 7000 ਯਰੋ ਦਾ ਜੁਰਮਾਨਾ ਹੋਇਆ ਹੁਣ ਇਹ ਜੋ 7000 ਯਰੋ ਦਾ ਜੁਰਮਾਨਾ ਹੈ ਤਕਰੀਬਨ 60 ਤੋਂ 65 ਸਾਲ ਇਸ ਬੰਦੇ ਦੀ ਉਮਰ ਜਿਸ ਦਾ ਲਾਇਸੈਂਸ ਨਹੀਂ ਸੀ ਆਪਣਾ ਜਿਹੜਾ ਸਕੂਟਰ ਚਲਾ ਰਿਆ ਸੀਗਾ ਤੇ ਉਹ ਜਿਹੜਾ ਇਸ ਬੰਦੇ ਦਾ ਜਿਹੜਾ ਲਾਇਸੈਂਸ ਹੈਗਾ ਉਹ 2005 ਦੇ ਵਿੱਚ ਰੀਤੀ ਰਾਰੇ ਕਰ ਲਿਆ ਸੀ ਤੋਂ ਵਾਪਸ ਲੈ ਲਿਆ ਸੀ ਉਸ ਤੋਂ ਬਾਅਦ ਇਸ ਬੰਦੇ ਨੇ ਕਦੇ ਵੀ ਆਪਣਾ ਰੀਵੋ ਕਰੇ ਕਰ ਲਿਆ ਸੀ ਰੱਦ ਕਰ ਦਿੱਤਾ ਸੀ ਉਸ ਤੋਂ ਬਾਅਦ ਇਹਨੇ ਕਦੇ ਵੀ ਆਪਣਾ ਲਾਇਸੈਂਸ ਦੁਆਰਾ ਨਹੀਂ ਲਿਆ। ਉਸ ਤੋਂ ਬਾਅਦ ਜਿਹੜਾ ਸਕੂਟਰ ਇਹ ਚਲਾ ਰਿਹਾ ਸੀ 450 CC ਦਾ ਸੀ ਤੇ ਉਹ ਕਿਸੇ ਹੋਰ ਬੰਦੇ ਦੇ ਨਾਮ ਤੇ ਸੀਗਾ। ਉਸ ਬੰਦੇ ਦੀ ਮੌਤ 2021 ਦੇ ਵਿੱਚ ਹੋਈ ਸੀ ਜਿਸ ਕਰਕੇ ਉਹ ਸਕੂਟਰ ਇਹਦੇ ਨਾਮ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਉਸ ਜਿਹੜੇ ਸਕੂਟਰ ਨੂੰ ਉਹ ਚਲਾ ਰਿਹਾ ਸੀ ਮੋਟਰਸਾਈਕਲ ਨੂੰ ਜਾਂ ਸਕੂਟਰ ਨੂੰ ਉਹਦੀ ਇੰਸ਼ੋਰੈਂਸ ਵੀ ਨਹੀਂ ਸੀ। ਜਿਸ ਕਾਰਨ ਇਸ ਬੰਦੇ ਨੂੰ ਸਭ ਤੋਂ ਪਹਿਲਾਂ ਤਾਂ ਘਰ ਨੂੰ ਆਪਣੇ ਨੂੰ ਵਾਪਸ ਪੈਰੀ ਜਾਣਾ ਪਿਆ। ਉਹਨਾਂ ਨੇ ਸਕੂਟਰ ਨੂੰ ਉੱਥੇ ਹੀ ਰੱਖ ਲਿਆ। ਤੇ ਇਹ ਜਿਹੜਾ ਬੰਦਾ ਆ ਇਸ ਟਾਈਮ ਦੱਸਿਆ ਜਾ ਰਿਹਾ ਕਿ ਇਹ ਸੈਨੇਗਲ ਦਾ ਬੰਦਾ ਹੈ ਤੇ ਹੁਣ ਇਸ ਬੰਦੇ ਨੂੰ ਜਿਹੜਾ ਜੁਰਮਾਨਾ ਕੀਤਾ ਗਿਆ तकरीबन 7000 ਰੁਪਏ ਦਾ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਇਹਨੇ ਕਾਨੂੰਨ ਭੰਗ ਕਰ ਦਿੱਤੇ ਜੇਕਰ ਤੁਸੀਂ ਮੱਛਰਾਂ ਤੋਂ ਪਰੇਸ਼ਾਨ ਹੋ ਤੁਹਾਡੇ ਘਰਾਂ ਦੇ ਵਿੱਚ ਮੱਖੀਆਂ ਮੱਛਰ ਆਂਦੇ ਨੇ ਗਰਮੀਆਂ ਆਉਣ ਵਾਲੀਆਂ ਨੇ ਤੇ ਮੱਖੀਆਂ ਮੱਛਰ ਵੀ ਆਉਣ ਵਾਲੇ ਆ ਤਾਂ ਇਸ ਚੀਜ਼ ਦਾ ਹੱਲ ਇਸ ਚੀਜ਼ ਦਾ ਸੋਲੂਸ਼ਨ ਇਹ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਜਾਲੀਆਂ ਲਵਾ ਸਕਦੇ ਹੋ ਤਾਂਕਿ ਇਹਦੇ ਵਿੱਚ ਹੁਣ ਇਹ ਜਿਹੜੀਆਂ ਜਾਲੀਆਂ ਲੱਗਦੀਆਂ ਨੇ ਜਿਨ੍ਹਾਂ ਨੂੰ ਜੰਜ਼ਰੀਏਰੇ ਕਹਿੰਦੇ ਆ ਇਹਨਾਂ ਲਈ ਸਰਕਾਰ ਪੈਸੇ ਦਿੰਦੀ ਹੈ ਵੀ ਤੁਸੀਂ ਜੇਕਰ ਘਰਾਂ ਦੇ ਵਿੱਚ ਇਹ ਲਵਾਉਂਦੇ ਆ ਤਾਂ ਤੁਹਾਨੂੰ ਸਰਕਾਰ ਵੱਲੋਂ ਬੋਨਸ ਮਿਲਦਾ ਹੁਣ ਇਹ ਜਿਹੜਾ ਬੋਨਸ ਕਿੰਨਾ ਮਿਲਦਾ ਦੇਖੋ ਜੀ ਇਹ ਜਿਹੜਾ ਬੋਨਸ ਆ ਤਕਰੀਬਨ 60000 ਐਰੋ ਤੱਕ ਮਿਲਦਾ ਤੇ ਇਹ ਜਿਹੜਾ 60000 ਐਰੋ ਤੱਕ ਮਿਲਦਾ 50% ਤੱਕ ਦੇ ਤੁਹਾਨੂੰ ਪੈਸੇ ਮਿਲਦੇ ਆ ਕਹਿਣ ਦਾ ਭਾਵ 120000 ਦਾ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਲੀਆਂ ਲਵਾਉਂਦੇ ਆ ਤਾਂ 60000 ਰੁਪਏ ਤੱਕ ਤੁਹਾਨੂੰ ਵਾਪਸ ਆਣਾ ਤੇ ਇਹ ਜਿਹੜੇ ਪੈਸੇ ਆਣੇ ਤੁਹਾਨੂੰ 10 ਸਾਲਾਂ ਦੇ ਵਿੱਚ ਆਣੇ ਜਿੱਦਾਂ ਜਿਹੜੇ ਆਪਾਂ ਦੇ ਤਰਤਸੇ ਉਹਨੇ ਕਰਦੇ ਆ ਸਹਿਤੇ ਤਰੈਂਤਾ ਕਰਦੇ ਇਹਨਾਂ ਦੇ ਵਿੱਚ ਤੁਹਾਨੂੰ ਇਹ ਸਾਰੇ ਪੈਸੇ ਵਾਪਸ ਆ ਜਾਣੇ ਤੇ 31 ਦਸੰਬਰ 2024 ਤੋਂ ਪਹਿਲਾਂ-ਪਹਿਲਾਂ ਇਹ ਸਾਰੇ ਪੈਸੇ ਤੁਸੀਂ ਲਾ ਲਏ ਜਾਂ ਤੁਹਾਡੇ ਘਰ ਦੇ ਵਿੱਚ ਲੱਗ ਗਈਆਂ ਨੇ ਤੁਹਾਡੇ ਕੋਲ ਸਾਰੇ ਬਿੱਲ ਆ ਅਤੇ ਇਹਨਾਂ ਦੇ ਤੁਸੀਂ ਦਮਾnde ਕਰ ਸਕਦੇ ਹੋ ਤੁਹਾਨੂੰ ਪੈਸੇ ਆ ਸਕਦੇ ਆ ਤੇ ਸਭ ਤੋਂ ਵੱਡੀ ਜਿਹੜੀ ਗੱਲ ਇਹਦੇ ਵਿੱਚ ਦੱਸੀ ਜਾ ਰਹੀ ਹੈ ਕਿ ਇਹ ਜਿਹੜੀਆਂ ਤੁਸੀਂ ਜਾਲੀਆਂ ਲਵਾਉਣੀਆਂ ਉਹਨਾਂ ਦੇ ਉੱਤੇ ਮਾਰ ਜਿਹਨੂੰ ਅਸੀਂ ਕਹਿੰਦੇ ਨੇ ਮਾਰਕਿਆ ਤੋਰਾ ਸੀਈ ਹੋਣਾ ਚਾਹੀਦਾ ਕਿ ਯੂਰਪ ਵੱਲੋਂ ਯੂਰਪ ਯੂਨੀਅਨ ਵੱਲੋਂ ਜਿਹੜੇ ਅਪਰੂਵਡ ਹੁੰਦੀਆਂ ਨੇ ਤੁਸੀਂ ਉਹੀ ਲਵਾਉਣੀਆਂ ਨੇ ਤਾਂ ਹੀ ਤੁਹਾਨੂੰ ਜਿਹੜੇ ਪੈਸੇ ਆਣੇ ਤੇ ਇਹ ਜਿਹੜੇ ਜਾਲੀਆਂ ਹੁੰਦੀਆਂ ਨੇ ਇਹ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਸੂਰਜ ਦਾ ਜਿਹੜਾ ਪ੍ਰਕਾਸ਼ ਹੈ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ ਮਤਲਬ ਆਪਣਾ ਘਰ ਦੇ ਵਿੱਚ ਜਾਨਣ ਰਹਿੰਦਾ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਤੁਸੀਂ ਜਦੋਂ ਬਲਵਾ ਲਿਆ ਉਸ ਤੋਂ ਬਾਅਦ ਦਮਾਨਦਾ ਕਰ ਸਕਦੇ ਹੋ 90 ਦਿਨਾਂ ਦੇ ਵਿੱਚ ਵਿੱਚ ਜਿੱਦਣ ਕੰਮ ਮੁੱਕਿਆ ਉਸਦੇ 90 ਦਿਨਾਂ ਦੇ ਵਿੱਚ ਵਿੱਚ ਤੁਸੀਂ ਦਮਾਨਦਾ ਕਰਨਾ ਤੁਹਾਨੂੰ ਦਸਾਂ ਸਾਲਾਂ ਦੇ ਵਿੱਚ ਪੈਸੇ ਮਿਲਣੇ ਜਿੰਨੇ ਵੀ ਤੁਸੀਂ ਲਾਇਆ 10000 ਲਾਇਆ 20000 ਉਹਦੇ ਅੱਧੇ ਜਿਹੜੇ ਤੁਹਾਨੂੰ ਪੈਸੇ ਮਿਲ ਜਣੇ ਆਉਣ ਵਾਲੇ 5 ਸਾਲਾਂ ਦੇ ਵਿੱਚ 2027 ਤੱਕ ਇਟਲੀ ਦੇ ਵਿੱਚ 27 ਲੱਖ ਬੰਦੇ ਨੇ ਪੈਨਸ਼ਨ ਦੇ ਵਿੱਚ ਜਾਣਾ ਐਸ ਟਾਈਮ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਔਸਤ ਲਾਈ ਜਾ ਰਹੀ ਹੈ ਇਟਲੀ ਦੇ ਵਿੱਚ ਟੋਟਲ ਕਿੰਨੇ ਬੰਦੇ ਹੋਣਗੇ ਜਿਨ੍ਹਾਂ ਨੇ ਪੈਨਸ਼ਨਾਂ ਦੇ ਵਿੱਚ ਜਾਣਾ ਹੈ ਜੀ ਹੁਣ ਇਹ ਜਿਹੜੇ 27 ਲੱਖ ਬੰਦੇ ਜਾਣੇ ਆ ਇਹ ਉਹ ਬੰਦਾ ਜੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਜਗ੍ਹਾ ਤੇ ਹੋਰ ਬੰਦਿਆਂ ਨੂੰ ਕੰਮ ਮਿਲਣਾ ਟੋਟਲ 38 ਲੱਖ ਬੰਦਿਆਂ ਨੇ ਤਕਰੀਬਨ 27 37 ਤੋਂ 38 ਲੱਖ ਬੰਦਿਆਂ ਨੇ ਪੈਨਸ਼ਨ ਦੇ ਵਿੱਚ ਜਾਣਾ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਇਟਲੀ ਦੇ ਵਿੱਚ 10 ਲੱਖ ਬੰਦਾ ਨਵਾਂ ਭਾਰਤੀ ਹੋਣਾ ਕਿਸੇ ਵੀ ਪੋਸਟ ਤੇ ਹੋ ਸਕਦਾ ਕਿਸੇ ਵੀ ਨੌਕਰੀ ਦੀ ਜਗ੍ਹਾ ਵਿੱਚ ਹੋ ਸਕਦਾ ਅਤੇ 27 ਲੱਖ ਉਹ ਹੋਣਗੇ 27 28 ਲੱਖ ਉਹ ਹੋਣਗੇ ਜਿਨ੍ਹਾਂ ਨੇ ਪਹਿਲੇ ਜਿਹੜੇ ਕੰਮ ਕਰ ਰਹੇ ਆ ਜਿਨ੍ਹਾਂ ਨੇ ਉਹਨਾਂ ਦੀ ਜਗਾ ਜਾਣਾ ਹੁਣ ਜੇ ਅਸੀਂ ਟੋਟਲ ਇਹ ਗੱਲ ਕਰਦੇ ਆ ਜਿਹੜੇ ਪ੍ਰਾਈਵੇਟ ਸੈਕਟਰ ਆ ਪ੍ਰਾਈਵੇਟ ਜਿਹੜੇ ਸੈਕਟਰ ਆ ਤਕਰੀਬਨ 21 ਲੱਖ ਜਿਹੜਾ ਪ੍ਰਾਈਵੇਟ ਸੈਕਟਰ ਵਾ ਉਸ ਤੋਂ ਬਾਅਦ ਜਿਹੜੇ ਆਉਟੋਨੋਮੀ ਆ ਉਹ ਵੀ ਤਕਰੀਬਨ ਤਕਰੀਬਨ 5.5 ਲੱਖ ਵਾ ਤੇ ਜਿਹੜੇ ਸਰਕਾਰੀ ਆ ਸਰਕਾਰੀ ਜਿਹੜੇ ਹੈਗੇ ਆ ਇਹ ਤਕਰੀਬਨ 7 ਲੱਖ ਅਸੀਂ ਕਹਿ ਸਕਦੇ ਆ ਬੰਦਾ ਜਿਹੜਾ ਬਾਅਦ ਵਿੱਚ ਉਧਰ ਇਧਰ ਉਧਰ ਹੋਣਾ ਮੋਟਾ-ਮੋਟਾ ਜਦੋਂ ਅਸੀਂ ਕਰਦੇ ਹਾਂ ਸਭ ਤੋਂ ਜ਼ਿਆਦਾ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਬੰਦਿਆਂ ਨੇ ਕੰਮ ਤੇ ਲੱਗਣਾ ਹੁਣ ਜੇ ਹੀ ਦੇਖੀਏ ਕਿ ਸਭ ਤੋਂ ਜ਼ਿਆਦਾ ਜਿਹੜਾ ਸੈਕਟਰ ਆ ਕਿਹੜਾ ਜਿਹਦੇ ਵਿੱਚ ਕੰਮ ਦੇ ਬੰਦਿਆਂ ਦੀ ਲੋੜ ਆ ਦੇਖੋ ਜੀ ਉਹ ਹੈਗਾ ਹੈਲਥ ਦਾ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਹੁਣ ਕਿਸੇ ਸਕੂਲ ਦੇ ਵਿੱਚ ਲਾਣਾ ਚਾਹੁੰਦੇ ਹੋ ਸਤੰਬਰ ਦੇ ਵਿੱਚ ਜਿਹੜੇ ਸਕੂਲ ਸ਼ੁਰੂ ਹੋਣੇ ਆ ਤਾਂ ਉਹਨਾਂ ਦੇ ਵਿੱਚ ਜੇਕਰ ਤੁਸੀਂ ਚਾਹੋ ਤਾਂ ਆਪਣੇ ਬੱਚਿਆਂ ਨੂੰ ਮੈਡੀਕਲ ਸਕੂਲਾਂ ਦੇ ਵਿੱਚ ਦਾਖਲੇ ਦਵਾ ਸਕਦੇ ਹੋ ਕਿਉਂਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਮੈਡੀਕਲ ਦੀਆਂ ਵੈਕੈਂਸੀਆਂ ਬਹੁਤ ਹੋਣਗੀਆਂ ਤੇ ਇਹਦਾ ਜਿਹੜਾ ਕੰਮ ਨਹੀਂ ਲੱਭ ਰਿਹਾ ਉਸ ਤੋਂ ਬਾਅਦ ਜੇ ਤੁਸੀਂ ਫਾਰਮਸਿਓਨ ਕੋਲ ਤੂਰਾ ਦੇ ਵਿੱਚ ਲਾਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਵੀ ਬਹੁਤ ਕੰਮ ਹੈ ਆਗਰੋ ਵਾਲੀ ਮੈਂਤਾਰੇ ਜਿਹੜਾ ਹੁੰਦਾ ਇਹਦੇ ਵਿੱਚ ਵੀ ਬਹੁਤ ਕੰਮ ਹੈ ਅਤੇ ਇਹਦੇ ਨਾਲ ਨਾਲ ਜਿਹੜੇ ਫੈਸ਼ਨ ਵਾਲੇ ਨੇ ਇਹਨਾਂ ਚ ਕੰਮ ਬਹੁਤ ਆ ਪਰ ਸਭ ਤੋਂ ਜ਼ਿਆਦਾ ਜਿਹੜਾ ਕੰਮ ਉਹ ਹੈ ਜੀ ਹੈਲਥ ਡਿਪਾਰਟਮੈਂਟਾਂ ਦੇ ਵਿੱਚ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਦੀ ਲੋੜ ਆ ਉਸ ਤੋਂ ਬਾਅਦ ਖਾਣ-ਪੀਣ ਦੀਆਂ ਚੀਜ਼ਾਂ ਦੇ ਵਿੱਚ ਟੈਲੀਕਮਿਊਨੀਕੇਸ਼ਨ ਦੇ ਵਿੱਚ ਇਹਨਾਂ ਚ ਪਰਥਮ ਨੂੰ ਅਸੀਂ ਮੈਨ ਦੱਸਿਆ ਜੇਕਰ ਤੁਸੀਂ ਹੈਲਥ ਵਾਲਿਆਂ ਸੈਕਟਰਾਂ ਦੇ ਵਿੱਚ ਜਾਉਂਗੇ ਤਾਂ ਇੱਥੇ ਸਭ ਤੋਂ ਜ਼ਿਆਦਾ ਬੰਦਿਆਂ ਦੀ ਲੋੜ ਆ ਤੇ ਜੇ ਏਰੀਏ ਦੇ ਵਿੱਚ ਦੇਖੀਏ ਵਾਲੇ ਦੋਸਤਾਂ ਦੇ ਵਿੱਚ ਸਭ ਤੋਂ ਵੱਧ ਕੰਮ ਮਿਲਦਾ ਲੰਬਰਦੀਆ ਦੇ ਵਿੱਚ ਸਭ ਤੋਂ ਵੱਧ ਕੰਮ ਲੰਬਰਦੀਆ ਤੋਂ ਬਾਅਦ ਇਹ ਮਿਲਿਆ ਰូមਾਨੀਆ ਦੇ ਵਿੱਚ ਸਭ ਤੋਂ ਸਕੋਪ ਆ ਜ਼ਿਆਦਾ ਅਤੇ ਉਸ ਤੋਂ ਬਾਅਦ ਸਕੋਪ ਆ ਜੀ ਲਾਤਸਿਓ ਦੇ ਵਿੱਚ ਅਤੇ ਕੰਪਨੀਆਂ ਦੇ ਵਿੱਚ ਕਿਉਂਕਿ ਇੱਥੇ ਬਹੁਤ ਜ਼ਿਆਦਾ ਵੈਕੈਂਸੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਪੋਸਟਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਖਾਲੀ ਹੋਣੀ ਸਭ ਤੋਂ ਵੱਧ ਇਟਲੀ ਦੇ ਵਿੱਚ ਜਿਹੜੇ ਲੋਕਾਂ ਨੇ ਪੈਨਸ਼ਨ ਤੇ ਜਾਣਾ ਹੈ ਉਹ ਆ ਜੀ ਲੂੰਬਰਦੀਆ ਏਰੀਆ ਤਕਰੀਬਨ 714500 ਬੰਦੇ ਨੇ 55 ਸਾਲਾਂ ਦੇ ਵਿੱਚ ਕੰਮ ਛੱਡਣਾ ਤੇ ਉਹਨਾਂ ਦੀ ਜਗ੍ਹਾ ਬੰਦਿਆਂ ਦੀ ਲੋੜ ਆ ਇਸ ਕਰਕੇ ਤੁਹਾਨੂੰ ਹੁਣ ਪਤਾ ਆਪਣੇ ਬੱਚਿਆਂ ਨੂੰ ਜੇਕਰ ਤੁਸੀਂ 5 ਸਾਲ ਦੇ ਜਿਹੜੇ ਕੋਰਸ ਹੁੰਦੇ ਕਰਵਾਉਣੇ ਆ ਤਾਂ ਕਿਹੜੇ ਕਰਵਾ ਸਕਦੇ ਆ ਪਿਆਚੈਂਸੇ ਦੇ ਵਿੱਚ ਇੱਕ ਬੰਦਾ ਸਕੂਟਰ ਤੇ ਐਕਸੀਡੈਂਟ ਕਰਦਾ ਐਕਸੀਡੈਂਟ ਕਰਨ ਤੋਂ ਬਾਅਦ ਫਰਾਰ ਹੋ ਜਾਂਦਾ ਹੁਣ ਇਹ ਜਿਹੜਾ ਸਕੂਟਰ ਤੇ ਨਾਲ ਐਕਸੀਡੈਂਟ ਹੁੰਦਾ ਇਹ ਹੁੰਦਾ ਜੀ ਫੇਰ ਤੀਪੋ ਦੇ ਨਾਲ ਹੁਣ ਜਿਸ ਟਾਈਮ ਇਹ ਫਰਾਰ ਹੋ ਜਾਂਦਾ ਜੀ ਉਥੇ ਇੱਕ ਹੋਰ ਬੰਦਾ ਜਾਨੀ 2-3 ਸਕੂਟਰਾਂ ਦਾ ਟੱਕਰ ਹੁੰਦੀ ਆ ਫਿਰ ਦੀਪੋ ਦੇ ਵਿੱਚ ਵੀ ਵੱਜਦੇ ਆ ਇੱਕ ਬੰਦਾ ਫੱਟੜ ਹੋ ਜਾਂਦਾ ਉਹਨੂੰ ਛੱਡ ਕੇ ਦੌੜ ਜਾਂਦੇ ਉਸ ਤੋਂ ਬਾਅਦ ਕੈਮਰਿਆਂ ਤੋਂ ਪਤਾ ਲੱਗਦਾ ਕਿ ਉਹ ਜਿਹੜਾ ਬੰਦਾ ਫਰਾਰ ਹੋਇਆ ਇਹ ਪਟੈਂੰਸੀ ਦਾ ਇੱਕ ਮੁੰਡਾ ਸੀ ਜਿਸ ਦੀ ਉਮਰ 18 ਸਾਲ ਤੋਂ ਥੋੜੀ ਜਿਹੀ ਅੱਗੇ ਆ ਤੇ ਉਹ ਹੁੰਦਾ ਕੀ ਆ ਜੀ ਇਹਦੇ ਕੋਲ ਨਾ ਲਾਇਸੈਂਸੀ ਨਾ ਪਤੈਂਤੇ ਸੀ ਨਾ ਇਹਦੀ ਇੰਸ਼ੋਰੈਂਸ ਸੀਗੀ ਨਾ ਗੱਡੀ ਜਾਂ ਸਕੂਟਰ ਜੋ ਵੀ ਸੀਗਾ ਉਹਨੇ ਇਹਦਾ ਰਿਵੀਜ਼ਨ ਕਰਾ ਸੀ ਜਿਸ ਦੇ ਕਾਰਨ ਇਸ ਨੂੰ ਵੀ ਜੁਰਮਾਨਾ ਬਹੁਤ ਹੀ ਜ਼ਿਆਦਾ ਤਕੜਾ ਕੀਤਾ ਗਿਆ ਪਛਾਲਾਜੀ ਇਟਲੀ ਦੇ ਵਿੱਚ ਪਲੈਰਮੋ ਦੇ ਵਿੱਚ ਅੱਜ ਫਿਰ 3.1 ਮਾਹਨ ਤੂ ਦਾ ਬਗੈਰਾ ਤਰਾਪਨੀ ਤੱਕ ਝਟਕੇ ਮਹਿਸੂਸ ਹੋਏ ਇੱਥੇ ਤੱਕ ਇਹ ਵੀ ਦੱਸਿਆ ਜਾ ਰਿਹਾ ਪਲੈਰਮੋ ਤੋਂ 10 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਇਹਦਾ ਏਪੀ ਚੈਨਤ੍ਰੋ ਸੀ ਜਿੱਥੇ ਸਟਾਰਟ ਹੋਇਆ ਅੱਜ ਇਟਲੀ ਦੇ ਸਾਊਥ ਏਰੀਆ ਦੇ ਵਿੱਚ ਸਿਚੇਲੀਆ ਦੇ ਵਿੱਚ ਵੀ ਝਟਕੇ ਮਹਿਸੂਸ ਹੋਏ ਦੱਸਿਆ ਜਾ ਰਿਹਾ ਹੈ ਕਿ ਮਾਲਟਾ ਦੇ ਲਾਗੇ ਪਹਚਾਲਾ ਜਿਸ ਦੇ ਕਾਰਨ ਸੁਨਾਮੀ ਦਾ ਅਲਰਟ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਸਮੁੰਦਰ ਦੇ ਵਿੱਚ ਪਹਚਾਲਾ ਦਾ ਸੁਨਾਮੀ ਆਣ ਦਾ ਵੀ ਖਤਰਾ ਹੁੰਦਾ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਬਹੁਤ ਗਦਰਨਾਕ ਗੱਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਲਾਸਟਲੇ 15 ਸਾਲਾਂ ਤੋਂ ਇਟਲੀ ਦੇ ਵਿੱਚ ਇੱਕ ਅਲਰਟ ਜਾਰੀ ਕੀਤਾ ਗਿਆ ਜਿਸ ਤੋਂ ਸਾਵਧਾਨ ਕਰਨ ਪੀ ਫਾਸਾ ਹੁਣ ਪੀ ਫਾਸ ਕੀ ਹੁੰਦਾ ਜੀ ਇਹ ਅਸੀਂ ਕਹਿ ਸਕਦੇ ਹਾਂ ਸੌਖੇ ਸ਼ਬਦਾਂ ਦੇ ਵਿੱਚ ਕੈਮੀਕਲ ਹੁੰਦੇ ਆ ਜੋ ਅਸੀਂ ਖਾਂਦੇ ਹਾਂ ਇੰਡਸਟਰੀਅਲ ਜਿਹੜੀ ਵੇਸਟੇਜ ਹੁੰਦੀ ਹੈ ਉਹਦੇ ਨਾਲ ਪ੍ਰਦੂਸ਼ਿਤ ਹੋ ਜਾਂਦਾ ਆ ਹਵਾ ਹੋਵੇ ਪਾਣੀ ਹੋਵੇ ਜ਼ਮੀਨ ਹੋਵੇ ਤੇ ਉਹ ਜ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਵੀ ਆ ਜਾਂਦਾ ਹੁਣ ਇਹ ਜਿਹੜਾ ਪੀ ਫਾਸ ਦਾ ਲੈਵਲ ਆ ਦੱਸਿਆ ਜਾ ਰਿਹਾ ਕਿ ਇਟਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧਦਾ ਜਾ ਰਿਹਾ ਲਾਸਟਲੇ 15 ਸਾਲਾਂ ਤੋਂ ਇਸ ਚੀਜ਼ ਦੇ ਉੱਤੇ ਜਿਹੜੇ ਲੋਕਾਂ ਨੂੰ ਪਤਾ ਕਾਫੀ ਰੋਣਾ ਰੱਪਾ ਪਾ ਰਹੇ ਨੇ ਪਰ ਇਹਨਾਂ ਦੇ ਬਾਰੇ ਕੋਈ ਸੋਚ ਹੀ ਨਹੀਂ ਰਿਹਾ ਸਭ ਤੋਂ ਵੱਧ ਜਿਹੜਾ ਖਤਰਾ ਇਸ ਟਾਈਮ ਚੱਲ ਰਿਹਾ ਜੀ ਵੇਨੇਟਸੀ ਵਿਚੈਂਸਾ ਵੈਰੋਨਾ ਪਾਦਵਾ ਵਿਚੈਂਸਾ ਵੈਰੋਨਾ ਪਾਦਵਾ ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਕਰੀਬਨ 3.5 ਲੱਖ ਤੋਂ ਵੱਧ ਬੰਦੇ ਨੇ ਜਿਨ੍ਹਾਂ ਦੇ ਜ਼ਮੀਨ ਦੇ ਥੱਲੇ ਫਾਲ ਦੇ ਜਿਹੜਾ ਥੱਲੇ ਵਾਲਾ ਪਾਣੀ ਆ ਪ੍ਰਦੂਸ਼ਿਤ ਹੋ ਚੁੱਕਾ ਹੈ ਜੀ ਜਿੱਥੇ ਹੋਣ ਵਾਲੀ ਖੇਤੀ ਦੇ ਜਿਹੜੇ ਸਮਾਨ ਨੇ ਉਹ ਸਮਾਨ ਦੇ ਵਿੱਚ ਵੀ ਪੀ ਫਾਸ ਦੇ ਲੈਵਲ ਆ ਸਕਦੇ ਉਸ ਤੋਂ ਬਾਅਦ ਪੀਮੋਂਤੇ ਦੇ ਵਿੱਚ ਅਲੇਸਾਂਡਰੀਆ ਦੇ ਵਿੱਚ ਬਜ਼ਿਲੀਕਾਤਾ ਦੇ ਵਿੱਚ ਤੇ ਪੋ ਨਹਿਰ ਦੇ ਵਿੱਚ ਵੀ ਕਾਫੀ ਜਿਹੜੇ ਫਾਲ ਦੇ ਆ ਥੱਲੇ ਪਾਣੀ ਦੀ ਜਿਹੜੀ ਤਹਿ ਜਾ ਰਹੀ ਹੈ ਉਹ ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰਦੂਸ਼ਿਤ ਹੋ ਚੁੱਕੀ ਹੈ ਇਹ ਜਿਹੜੀ ਇਹ ਜੋ ਰਿਸਰਚ ਅਸਲ ਦੇ ਵਿੱਚ ਇਹ ਰਿਸਰਚ ਕੀਤੀ ਗਈ ਸੀ ਫਰਾਂਸ ਦੀ ਇੱਕ ਕੰਪਨੀ ਵੱਲੋਂ ਫਰਾਂਸ ਦੀ ਇੱਕ ਨਿਊਜ਼ ਜਿਹੜੀ ਰਿਪੋਰਟਰ ਸੀਗੇ ਉਹਨਾਂ ਨੇ ਇੱਕ ਕੀਤੀ ਸੀ ਤੇ ਜਿਹਦੇ ਵਿੱਚ ਦੱਸਿਆ ਇਹ ਇਟਲੀ ਦੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਤੇ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਪਾਣੀ ਇਹ ਪ੍ਰਦੂਸ਼ਿਤ ਪਾਣੀ ਆ ਤਕਰੀਬਨ 3 ਤੋਂ 3.5 ਲੱਖ ਬੰਦਿਆਂ ਦੇ ਕੋਲ ਪਹੁੰਚ ਰਿਹਾ ਜਿਹਦੇ ਨਾਲ ਖਾਣ ਪੀਣ ਚ ਵੀ ਜਾ ਰਿਹਾ ਸਬਜ਼ੀਆਂ ਚ ਵੀ ਜਾ ਰਿਹਾ ਤੇ ਇਹ ਦੀ ਪ੍ਰੋਬਲਮ ਹੋ ਸਕਦੀ ਹੈ ਇੱਥੇ ਤੱਕ ਵਿਚੈਂਸਾ ਦੇ ਜਿਹੜੇ ਵਿਚੈਂਸਾ ਤੇ ਕਰਿਆਤਸੋ ਦੇ ਜਿਹੜੇ ਦੋ ਲਗੈਤੀਆ ਦੋ ਉੱਥੇ ਅਸੀਂ ਕਹਿ ਸਕਦੇ ਆ ਨਹਿਰਾਂ ਜਾਂ ਜਿੱਥੇ ਮੱਛੀਆਂ ਪਾਲੀਆਂ ਜਾਂਦੀਆਂ ਨੇ ਉਹਨਾਂ ਮੱਛੀਆਂ ਦੇ ਵਿੱਚ ਵੀ ਇਹ ਪ੍ਰੋਬਲਮ ਆ ਸਕਦੀ ਹੈ ਤੇ ਇਸ ਟਾਈਮ 30 ਜਿਹੜੇ ਕਮੂਨ ਨੇ ਉਹਨਾਂ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਗਿਆ ਕਿਉਂਕਿ ਸਭ ਤੋਂ ਵੱਧ 30 ਪਿੰਡਾਂ ਦੇ ਵਿੱਚ ਇਹ ਪ੍ਰੋਬਲਮ ਚੱਲ ਰਹੀ ਹੈ 2014 ਤੋਂ ਤੇ ਉਸ ਤੋਂ ਪਹਿਲਾਂ ਵੀ ਇਹ ਦੱਸਿਆ ਜਾ ਰਿਹਾ ਸੀਗਾ ਕਿ ਪ੍ਰੋਬਲਮ ਆ ਰਹੀਆਂ ਨੇ ਤੇ ਐਫਸ ਵਾਲਿਆਂ ਨੇ 2020 ਦੇ ਵਿੱਚ ਜਿਹੜੇ ਲੈਵਲ ਹੁੰਦੇ ਆ 4 ਨੈਨੋਗ੍ਰਾਮ ਦੇ ਕੀਤੇ ਸੀ ਵੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਇਹਦਾ ਲੈਵਲ 0. ਸੌਰੀ ਜਿਹੜਾ 4 ਨੈਨੋਗ੍ਰਾਮ ਹੋਣਾ ਚਾਹੀਦਾ ਤੇ ਹੁਣ ਕੁਝ ਦਿਨ ਪਹਿਲਾਂ ਪਿਛਲੇ ਸਾਲ 2022 ਦੇ ਵਿੱਚ ਇਹਨਾਂ ਨੇ 2 ਨੈਨੋਗ੍ਰਾਮ ਕਰ ਦਿੱਤਾ ਜਿੱਦੀਆਂ ਆਪਾਂ ਤੁਹਾਨੂੰ ਖਬਰਾਂ ਵੀ ਦੱਸੀਏ ਕਿ ਜਿਹੜਾ ਆਪਣਾ ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਜਾਂ ਫਿਰ ਇੱਕ ਡਰਟੀ ਸੋਪ ਆਪਰੇਸ਼ਨ ਦੇ ਵਿੱਚ ਇਹਨਾਂ ਨੇ ਕਿੰਨਾ ਜਬਤ ਕੀਤਾ ਕਿਉਂਕਿ ਡਿਓਡੋਰੈਂਟ ਦੇ ਵਿੱਚ ਅਤੇ ਬਹੁਤ ਸਾਰੇ ਸਾਬਣਾਂ ਦੇ ਵਿੱਚ ਸਕਿਊਮਾਂ ਦੇ ਵਿੱਚ ਉਹ ਪਾਏ ਗਏ ਸਨ ਤੇ ਜਿਹਦੇ ਨਾਲ ਕੈਂਸਰ ਵੀ ਹੋ ਸਕਦਾ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਇਟਲੀ ਦੇ ਵਿੱਚ ਇਹ ਜੋ ਸਿਚੁਏਸ਼ਨ ਤਿੰਨ ਸਾਢੇ 3 ਲੱਖ ਬੰਦੇ ਦੀ ਬਹੁਤ ਹੀ ਜ਼ਿਆਦਾ ਖਤਰਨਾਕ ਸਿਚੁਏਸ਼ਨ 30 ਪਿੰਡਾਂ ਦੇ ਉੱਤੇ ਰੈੱਡ ਜ਼ੋਨ ਲੱਗ ਚੁੱਕਾ ਹੈ ਜੀ ਹੁਣ ਦੇਖਦੇ ਹਾਂ ਸਰਕਾਰ ਜਿਹੜੀ ਮੌਜੂਦਾ ਸਰਕਾਰ ਇਸ ਪ੍ਰਦੂਸ਼ਣ ਬਾਰੇ ਕੀ ਕਰਦੀ ਹੈ ਸਭ ਤੋਂ ਵੱਧ ਵਿਰੋਨਾ ਬਿਚੈਂਸਾ ਦੇ ਪਾਦਵਾ ਵਿੱਚ ਰਹਿਣ ਵਾਲੇ ਬੰਦਿਆਂ ਦੇ ਲਈ ਖਤਰਾ ਹੈ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ